ਉਮੀਦ ਹੈ ਕਿ ਪੂਰਾ ਮਜ਼ਾ ਆਏਗਾ ਤੁਹਾਨੂੰ। ਅਤੇ ਖਰਗੋਸ਼ ਲੈਂਦੇ ਨੇ ਤਾਂ ਸ਼ਾਇਦ ਖਰਗੋਸ਼ ਕੋਈ ਫੜਿਆ ਜਾਏ। ਖਰਗੋਸ਼ ਮਾਰਨਾ ਨਹੀਂ, ਸਿਰਫ ਖਰਗੋਸ਼ ਨੂੰ ਫੜਨਾ ਹੈ। ਅਸਲਾਮ ਅਲੈਕੁਮ, ਕੈਸੇ ਹੋ ਸਾਰੇ? ਉਮੀਦ ਹੈ ਸਾਰੇ ਠੀਕ ਹੋਣਗੇ। ਅੱਜ ਦਾ ਵਲੋਗ ਕਰਨੇ ਸ਼ੁਰੂ, ਅੱਜ ਅਸੀਂ ਜਾ ਰਹੇ ਹਾਂ ਸ਼ਿਕਾਰ ਕਰਨ। ਅੱਜ ਬੜੀ ਮਜ਼ਾ ਆਉਣੇ ਵਾਲਾ, ਸਹੀ ਗੱਲ ਹੈ। ਅੱਜ ਤੁਹਾਡੇ ਨਾਲ ਸਾਡੇ ਇੱਥੇ ਆਉਂਦੇ ਨੇ ਖਰਗੋਸ਼, ਅਤੇ ਖਰਗੋਸ਼ ਦਾ ਸ਼ਿਕਾਰ ਕਰਾਂਗੇ। ਨਹੀਂ ਤਾਂ ਤੁਹਾਨੂੰ ਤੁਹਾਡੇ ਸ਼ੇਅਰ ਕਰਨੇ ਆ, ਫਿਰ ਮਿਲਿਓ ਤੁਹਾਨੂੰ ਵੀਡੀਓ ਦੇ ਵਿੱਚ। ਲਓ ਜੀ, ਅਸੀਂ ਚੱਲੇ ਹਾਂ ਹੁਣ ਸ਼ਿਕਾਰ 'ਤੇ। ਮੈਂ ਜ਼ਕਰੀਆ, ਅਤੇ ਮੇਰਾ ਨਾਂ ਕੀ ਹੈ ਭਲਾ? ਸਮਰਾਨ। ਅੱਜ ਤੁਹਾਨੂੰ ਕੁੱਤਿਆਂ ਦਾ ਸ਼ਿਕਾਰ ਵਿਖਾਉਂਦੇ ਹਾਂ। ਬਸ ਤੁਸੀਂ ਵੀਡੀਓ ਨੂੰ ਇੱਕ ਵਾਰੀ ਪੂਰਾ ਵੇਖਣਾ, ਤਾਂ ਪੂਰਾ ਸ਼ਕਲ ਮੇਲਾ ਹੋਏਗਾ। ਅਸੀਂ ਬਸ ਜਾ ਰਹੇ ਹਾਂ ਹੁਣ, ਇਹ ਰਸਤੇ 'ਤੇ ਹੁੰਦੀ ਆ, ਉਹ ਸਾਹਮਣੇ ਦੇਖੋ ਕਿੰਨੀ ਵਾਮ ਗਈ ਦੀ ਵੀ ਹੈ। ਕੀ ਨੇ? ਛਾਣੀ ਵੇਖ ਲੈ, ਮੈਂ ਆ ਗਿਆ। ਕੱਲ ਕੀ, ਕੱਲ ਤੂੰ ਕੀ ਕਰਨਾ ਪਿਆ ਹੈ? ਕੱਲ ਕੀ ਕਰਨਾ ਪਿਆ ਹੈ? ਕੱਲ ਸ਼ਾਮ ਟਾਈਮ ਭੁੱਲ ਗਿਆ ਹੈ? ਅੱਜ ਚਲੋ। ਆਹੋ, ਨਹੀਂ ਹੁਣ ਰਹਿਣ ਦੇ, ਹੁਣ ਅਸੀਂ ਚੱਲਿਆ ਗਏ ਸ਼ਿਕਾਰ ਕਰਨ। ਅੱਛਾ, ਅਸੀਂ ਮੈਂ ਹਾਂ ਸਪੈਸ਼ਲ ਬੰਦਿਆਂ ਨੂੰ ਲੈ ਕੇ ਆਇਆ ਸਿਰਫ ਸਿਰਫ ਸ਼ਿਕਾਰ ਵਾਸਤੇ। ਦੇਖੋ ਕਿੰਨੀ ਆਵਾਮ ਜਾ ਰਹੀ ਹੈ ਸ਼ਿਕਾਰ ਕਰਨ, ਤੇ ਹੁਣ ਅਸੀਂ ਵੀ ਹੁਣ ਇਹਨਾਂ ਦੇ ਨਾਲ ਸ਼ਾਮਿਲ ਹੋ ਗਏ ਹਾਂ। ਬਾਲੂ ਡਰਦਾ ਪਿਆ ਕੁੱਤਿਆਂ ਕੋਲੋ ਸ਼ਿਕਾਰ ਦੇ ਆਇਆ। ਬਾਲੂ ਭਾਈ ਆਏ ਦਾ ਸ਼ਿਕਾਰ ਸ਼ਿਕਾਰ ਕਰਨ, ਉਹ ਕੁੱਤੇ ਕੋਲ ਡਰਦਾ ਪਿਆ। ਆਹੋ ਭਾਈ ਨੇ ਹੁਣ ਸ਼ਿਕਾਰ ਨਾਲ ਲੱਭਾ ਸ਼ਾਨ, ਤੇ ਆ ਗਿਆ, ਤੈਨੂੰ ਜੁਰਮਾਨਾ ਹੋ ਜਾਣਾ। ਸ਼ਾਨ ਤੇਰੀ ਸ਼ਾਨ, ਤੇਰੀ ਕੁੱਤੀਆਂ ਲੱਤਾਂ ਨੂੰ ਕੀ ਹੋਇਆ ਯਾਰ? ਫਿਰ ਵੀ ਸਹੀ ਕਰਾ ਯਾਰ, ਵੇਖ ਕਿਵੇਂ ਵਿਚਾਰੀ ਤੁਰਦੀ ਆ। ਆਸਟ੍ਰੇਲੀਅਨ ਡਾਂਸਰ ਚੈੱਕ ਕਰ ਲੈ, ਤੇ ਕਿਸ ਚੀਜ਼ ਦਾ ਸ਼ਿਕਾਰ ਕਰਨ ਜਾ ਰਹੇ ਹੋ ਤੁਸੀਂ? ਹੈਂ ਨਹੀਂ, ਫਿਰ ਵੀ ਸ਼ਿਕਾਰ ਕਰਨ ਜਾ ਰਹੇ ਹੋ ਵੈਸੇ? ਤੁਹਾਡਾ ਲਵਾਣ ਨਹੀਂ ਯਾਰ, ਮੈਂ ਆ ਗਿਆ ਉਸ ਵੇਖਿਆ ਸੀ ਇਹ ਬੰਦਿਆਂ ਨੂੰ, ਮੈਂ ਸਿਰਫ ਸਿਰਫ ਸ਼ਿਕਾਰ ਵਾਸਤੇ ਲੈ ਕੇ ਆਇਆ। ਓਏ ਕੁੱਤੇ ਕੋਲ ਬਚ ਗਏ ਦਾ, ਓਏ ਯਾਰ ਤਰਾ ਕਰ ਛੱਡਦਾ ਓਏ। ਦੁਬੀ ਇਹ ਮੇਰੇ ਸਾਥੀ ਨੇ ਜ਼ਕਰੀਆ ਤੇ ਸਮਰਾਨ, ਭਾਈ ਨਹੀਂ ਤੂੰ ਐਂ ਕੇ ਲਿਆ ਰਿਹਾ ਡਿੜ ਕੇ ਫਿਆਨ ਭਾਈ, ਲੋਕੀ ਕੁੱਤੇ ਕੋਲ ਡਰਦੇ। ਓਏ ਲੈ ਬਸ ਬਸ ਬਸ, ਸ਼ਾਮ ਹੋ ਤੇ ਗਈ ਹੈ। ਸਹੀ ਗੱਲ, ਉਹ ਅੱਗੇ ਖਰਗੋਸ਼ ਵੀ ਹੈ ਨੇ, ਅਤੇ ਕੀ ਪਤਾ ਕੁਛ ਖਰਗੋਸ਼ ਲੱਭ ਜਾਏ, ਅਤੇ ਫਿਰ ਤੁਹਾਨੂੰ ਪੂਰਾ ਮਾਹੌਲ ਵਿਖਾਉਂਦੇ ਇੱਕ ਵਾਰੀ। ਖਰਗੋਸ਼ ਫੜਨ ਦਾ ਤਰੀਕਾ ਵੀ ਦੱਸਾਂਗੇ, ਅਤੇ ਖਰਗੋਸ਼ ਕਿਵੇਂ ਫੜੀਦਾ, ਅਤੇ ਕੁੱਤਿਆਂ ਦੀ ਵੀ ਸੁਰਤ ਹਾਲ ਤੁਹਾਨੂੰ ਦੱਸਾਂਗੇ ਕੌਣ ਸਭ ਤੋਂ ਤੇਜ਼ ਹੈ। ਹੁਣ ਅਸੀਂ ਆਏ ਹਾਂ, ਅਤੇ ਹੁਣ ਪੈਟਰੋਲ ਬਚਾਉਣ ਵਾਸਤੇ ਜ਼ਕਰੀਆ ਸਿਰਫ ਸਿਰਫ ਰੇੜ ਕੇ ਅਤੇ ਲੈ ਜਾ ਰਿਹਾ। ਤੁਰੋ ਫਿਰ ਯਾਰ, ਤੇ ਹੁਣ ਸ਼ਿਕਾਰ ਵੀ ਕਰਨਾ, ਬੱਚਤ ਵੀ ਕਰਨੀ ਹੈ। ਬੱਚਤ ਵੀ ਕਰਨੀ ਹੈ, ਸ਼ਿਕਾਰ ਵੀ ਦੇਖਣਾ। ਹਾਂ, ਚੈਨਲ ਨੂੰ ਸਬਸਕ੍ਰਾਈਬ ਕਰੋ। ਹਾਂ ਬਾਲੂ, ਆਪਣੇ ਥੋੜ੍ਹੇ ਜੀ ਅਸਰਾਤ ਦੱਸ ਆਪਣੇ, ਦੱਸ ਰਾਤ ਇੱਧਰ ਨੂੰ ਆ ਯਾਰ। ਬਾਲੂ ਬਾਲੂ ਕੈਮਰਾ ਨੂੰ ਡਾਟ ਕੇ ਦੂਰ ਜਾਂਦਾ ਗਿਆ। ਸਫੈਨਾ ਇੱਧਰ ਆ ਯਾਰ, ਕਿੱਧਰ ਨਾ ਆਇਆ ਯਾਰ, ਕੋਈ ਗੱਲ ਨਹੀਂ। ਤੇਰੀ ਤਾਰੀਫ ਕਰ ਰਿਹਾ ਯਾਰ, ਕਿਹੜੀ ਤੂੰ ਵੀ ਦੱਸ ਛੜ ਯਾਰ, ਫਿਜ਼ਾਨ ਕੀ ਆ, ਫਿਜ਼ਾਨ ਕੀ ਆ, ਫਿਜ਼ਾਨ ਫਿਜ਼ਾਨ ਆ ਯਾਰ। ਚੱਲੇ ਹਾਂ ਸ਼ਿਕਾਰ ਕਰਨ, ਤਾਂ ਉੱਥੇ ਕੁੱਤੇ ਲੜਾਉਣਾ ਪੈਣੇ ਜਾਂ ਲੜਨਾ ਪੈਣੇ। ਉਹ ਬੋਲਦੇ ਨੇ ਬਾਕੀ ਆਮ ਜਾ ਰਹੀ ਹੈ ਪੈਦਲ, ਅਸੀਂ ਜਾ ਰਹੇ ਹਾਂ ਭਾਈ ਮੋਟਰਸਾਈਕਲ 'ਤੇ, ਕਿਉਂਕਿ ਕਿਤੇ ਕੋਈ ਚੀਜ਼ ਚੜ੍ਹ ਗਈ ਸਾਡੇ ਪਿੱਛੇ, ਤਾਂ ਫਿਰ ਅਸੀਂ ਇੱਕ ਫਨ ਟਾਈਮ 120 ਸਪੀਡ 'ਤੇ ਪਿੰਡ। ਇਹ
ਅਸਮ ਸ਼ਾਮ ਹੋਣ ਵਾਲੀ ਹੈ ਤੇ ਸ਼ਾਮ ਦੇ ਸੂਰਜ ਚੱਕ ਕਰੋ ਤੇ ਬਸ ਨਜ਼ਾਰੇ ਪੂਰਾ ਵਲੌਗ ਤੁਹਾਨੂੰ ਸਿਰਫ ਸਿਰਫ ਸ਼ਿਕਾਰ ਦਾ ਮਿਲੇਗਾ ਤੇ ਉਮੀਦ ਹੈ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਸ਼ਿਕਾਰ ਕਰਨ ਜਾ ਰਹੇ ਨੇ ਸ਼ਿਕਾਰ ਤੇ ਜਾ ਰਹੇ ਨੇ ਹਮਜ਼ਾ ਵੀਡੀਓ ਨੇ ਕੀ ਹੋ ਗਿਆ ਹਮਜ਼ਾ ਜਾ ਰਿਹਾ ਉਸ ਤੋਂ ਇਲਾਵਾ ਬਾਲੂ ਜਾ ਰਿਹਾ ਉਸ ਤੋਂ ਇਲਾਵਾ ਅਦਨਾਨ ਸ਼ਾਨ ਫੈਜ਼ਾਨ ਤੇ ਤਿੰਨ ਜਣੇ ਅਸੀਂ ਉਸ ਤੋਂ ਇਲਾਵਾ ਉਹ ਪਿੱਛੇ ਵੀ ਆ ਨੇ ਬਾਲੂ ਜੋ ਨਾ ਬੋਲ ਤੂੰ ਦਾ ਸਮਝ ਕਰਨਾ ਦਿਓ ਨਾ ਹੈ ਬਾਲੂ ਬਾਲੂ ਤੂੰ ਦਾ ਸਮਝ ਕਰਨਾ ਦਿਓ ਨਾ ਜੋ ਨਾ ਬੋਲ ਅਸੀਂ ਸ਼ਿਕਾਰ ਤੇ ਆ ਤੇ ਗਏ ਪਰ ਅਸੀਂ ਆਖੋ ਡਰਨੇ ਪਏ ਕੁੱਤਿਆਂ ਦੇ ਕੋਲ ਕੁੱਤਾ ਪੂਰੇ ਸ਼ਹਿਰ ਵਿੱਚ ਹੈ ਕਿਸੇ ਟਾਈਮ ਵੀ ਕੁਛ ਵੀ ਹੋ ਸਕਦਾ ਮੈਨੂੰ ਲੱਗਦਾ ਲੜਾਈ ਦੀ ਤਿਆਰੀ ਵਿੱਚ ਹੈ ਇਹ ਕੁੱਤਾ ਸਾਨੂੰ ਬਾਰ ਬਾਰ ਡਰਾਈ ਜਾਂਦਾ ਪਿਆ ਫਿਜ਼ਾਨ ਦਾ ਕੁੱਤਾ ਹਰੇ ਪਤਾ ਨਹੀਂ ਕਿਹਦਾ ਕੁੱਤਾ ਅਦਨਾਨ ਦਾ ਰਿਹਾ ਅਦਨਾਨ ਤੇਰਾ ਫਿਜ਼ਾਨ ਦਾ ਕੁੱਤਾ ਭਾਈ ਬਾਰ ਬਾਰ ਸਾਨੂੰ ਡਰਾਈ ਜਾਂਦਾ ਇੰਨਾ ਤੇਜ਼ ਹੈ ਅਤੇ ਇਹ ਕਾਕਾ ਵੀ ਆ ਗਿਆ ਕਾਕੇ ਦੇ ਇਲਾਵਾ ਉਹ ਇੱਕ ਦੋ ਇੱਕ ਕੁੱਤਾ ਅਤੇ ਕੁੱਤੀ ਆ ਕੁੱਤੀ ਹੈ ਕੁੱਤਾ ਆਇਓ ਆਇਓ ਅਸੀਂ ਹੁਣ ਜਾ ਰਹੇ ਮੈਂ ਥੱਲੇ ਉਤਰ ਗਿਆ ਕਿਉਂਕਿ ਕੀ ਪਤਾ ਮੋਟਰਸਾਈਕਲ ਕੁੱਤਿਆਂ ਦਾ ਕੀ ਪਤਾ ਹੁੰਦਾ ਯਾਰ ਇਸ ਵਾਸਤੇ ਨਾ ਲਓ ਜੀ ਅਸੀਂ ਖਰਗੋਸ਼ਾਂ ਵਾਲੀ ਜਗ੍ਹਾ ਦੇ ਕੋਲ ਬਿਲਕੁਲ ਖਰਗੋਸ਼ਾਂ ਵਾਲੀ ਜਗ੍ਹਾ ਦੇ ਕੋਲ ਪਹੁੰਚ ਗਏ ਹਾਂ ਤੁਹਾਨੂੰ ਨੇਰ ਵੀ ਇੱਥੇ ਨਜ਼ਰ ਆਉਣਗੇ ਖਰਗੋਸ਼ਾਂ ਦੇ ਅਤੇ ਉਸ ਤੋਂ ਇਲਾਵਾ ਖਰਗੋਸ਼ ਵੀ ਸ਼ਾਇਦ ਗੁਲਾਬੀ ਜਾਵੇ ਤੂੰ ਵੀ ਸ਼ਿਕਾਰੀ ਹੈ ਹਮ ਤਾਂ ਸ਼ਿਕਾਰੀ ਨਹੀਂ ਹਮ ਤਾਂ ਸਿਰਫ ਇੰਜੋਏਮੈਂਟ ਕਰਨ ਆ ਰਿਹਾ ਮੇਰੇ ਤਰ੍ਹਾਂ ਜਗ੍ਹਾ ਬਾਹਰ ਪੂਰਾ ਮਾਹੌਲ ਆ ਹੁਣ ਜਾ ਪਾ ਨਹੀਂ ਕਿੱਥੇ ਰਹੇ ਨੇ ਉਹ ਪਹਿਲੇ ਵਿੱਚ ਨਹੀਂ ਜਾਣਾ ਉਹ ਸ਼ਿਕਾਰ ਕਰਨ ਉਹ ਗਿੱਦੜ ਦੇ ਇੱਥੇ ਉਹ ਖਰਗੋਸ਼ ਇੱਥੇ ਰਹਿੰਦੇ ਨੇ ਕੋਈ ਲਾ ਸ਼ਿਕਾਰ ਲੱਭਾ ਕੋਈ ਨਹੀਂ ਕੁੱਤਾ ਕਿੱਧਰ ਲਾਈ ਜਾ ਰਿਹਾ ਲੱਗਦਾ ਟਰੈਕਟਰ ਦੇ ਨਾਲ ਮੁਕਾਬਲੇ ਕਰ ਰਿਹਾ ਜਾਂ ਕੁਛ ਕਰ ਰਿਹਾ ਖੇਡ ਰਿਹਾ ਇੱਥੇ ਵੀਡੀਓ ਨਹੀਂ ਮੈਂ ਬਣਾ ਸਕਦਾ ਕਿਉਂਕਿ ਉਹਨਾਂ ਨੇ ਟਰੈਕਟਰ ਲਾਈ ਦੀ ਆ ਕੋਈ ਚੀਜ਼ ਇਸ ਵਾਸਤੇ ਕੰਮ ਖਰਾਬ ਹੋ ਜਾਣਾ ਓਇਲ ਓਇਲ ਬੰਨੇ ਬੰਨੇ ਦਾ ਕੰਮ ਖਰਾਬ ਹੋ ਜਾਣਾ ਯਾਰ ਬੰਨੇ ਬੰਨੇ ਦਾ ਫਿਰ ਕੰਮ ਖਰਾਬ ਹੈ ਯਾਰ ਕੰਮ ਅੱਗੇ ਨੂੰ ਜਾਈ ਜਾ ਰਿਹਾ ਇਸ ਵਾਸਤੇ ਅਸੀਂ ਨਹੀਂ ਵੀ ਅੱਗੇ ਜਾ ਸਕਦੇ ਹੁਣ ਅਸੀਂ ਸਾਨੂੰ ਦੇਖ ਰਾਏ ਰਾਏ ਜਾਣਾ ਉਹ ਜੰਗਲ ਜਾਣਾ ਚਲੋ ਫਿਰ ਅਸੀਂ ਵੀ ਉਹ ਦਿਨ ਹੋਈ ਹਾਂ ਉੱਥੇ ਜਾਣਾ ਵਾਪਸ ਜਾਣਾ ਚੱਲ ਜ਼ਕਰੀਆ ਲੱਗਾ ਵੀਲਿੰਗ ਕਰਨ ਮੈਨੂੰ ਨਹੀਂ ਵੀਰ ਕੇ ਚੁੱਕੋ ਯਾਰ ਵੀਲ ਬਸ ਆਈ ਬਸ ਠੀਕ ਆਇਆ ਹੁਣ